ਸਿਰਸਾ ਡੇਰਾ ਮੁਖੀ ਨੂੰ ਰੇਪ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸਜ਼ਾ ਹੋਣ ਤੋਂ ਬਾਅਦ ਖੇਤਰ ਵਿੱਚ ਅਗਜਨੀ ਦੀ ਘਟਨਾਵਾਂ ਨੂੰ ਅੰਜਾਮ ਦੇਣ ਦੇ ਆਰੋਪ ਵਿੱਚ ਪੁਲਿਸ ਨੇ 4 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ 2 ਆਰੋਪੀ ਅਜੇ ਵੀ ਫਰਾਰ ਹਨ ਜਿਨ੍ਹਾਂ ਦੀ ਪੁਲਿਸ ਤਲਾਸ਼ ਵਿੱਚ ਜੁਟੀ ਹੈ। ਪੁਲਿਸ ਸਟੇਸ਼ਨ ਲਹਿਰਾ, ਜ਼ਿਲ੍ਹਾ ਸੰਗਰੂਰ, ਜਿੱਥੇ ਕਿ ਡੇਰਾ ਪ੍ਰੇਮੀਆਂ ਦੇ ਕਾਰਕੁਨਾਂ ਨੇ 3 ਵਾਰਦਾਤਾਂ ਜਿਹੜੀਆਂ ਕਚਹਿਰੀਆਂ ਜਿਹੜੀ ਤਹਿਸੀਲ ਹੈ ਇਹਨੂੰ ਅੱਗ ਲਾਈ ਸੀਗੀ, ਅਗਨੀ ਭੇਟ ਕੀਤਾ ਸੀ ਅਤੇ ਖੰਡੇਵਾਦ ਗ੍ਰਿਡ ਨੂੰ ਅੱਗ ਲਾਈ ਸੀਗੀ ਅਤੇ RO ਸਿਸਟਮ ਜਿਹੜਾ ਖੰਡੇਵਾਦ ਦਾ ਸਰਕਾਰੀ ਹੈਲਥ ਡਿਪਾਰਟਮੈਂਟ ਦਾ ਹੈ ਉਹਨੂੰ ਅਗਨੀ ਭੇਟ ਕੀਤਾ ਸੀ। ਜਿਸ ਸੰਬੰਧੀ ਸਾਡੇ ਕੋਲ 3 ਮੁਕੱਦਮੇ ਦਰਜ ਨੇ ਅਤੇ ਇਸ ਸੰਬੰਧੀ ਅਸੀਂ 4 ਦੋਸ਼ੀ ਗ੍ਰਿਫਤਾਰ ਕਰਕੇ ਜਿਹੜੇ ਸਾਡੇ ਕੋਲ ਪੁਲਿਸ ਰਿਮਾਂਡ 'ਤੇ ਨੇ ਜਿਨ੍ਹਾਂ ਤੋਂ ਵੱਡੇ ਪੱਧਰ 'ਤੇ ਪੁੱਛਗਿੱਛ ਕੀਤੀ ਗਈ ਹੈ ਅਤੇ ਪੁੱਛਗਿੱਛ ਦੌਰਾਨ ਇਹ ਪਾਇਆ ਗਿਆ ਕਿ ਇਹਨਾਂ ਦੀ ਜਿਹੜੀਆਂ ਟੀਮਾਂ ਸੀਗੀਆਂ, ਇੱਕ ਵੱਡੇ ਲੈਵਲ ਦੀ ਟੀਮ ਸੀਗੀ ਜਿਹੜੀ ਇਹਨਾਂ ਨੇ ਅੱਗੇ ਆਪਣੀ ਮਿਲੀ ਭੁਗਤ ਕਰਕੇ ਟੀਮਾਂ ਬਣਾ ਕੇ 6-6 ਬੰਦਿਆਂ ਦੀਆਂ ਇਹ ਜਿਹੜਾ ਵਾਰਦਾਤਾਂ ਕਰਾਈਆਂ ਸੀਗੀਆਂ, ਜੋ ਅਸੀਂ 4 ਦੋਸ਼ੀ ਗ੍ਰਿਫਤਾਰ ਕਰ ਲਏ ਨੇ। ਬਾਕੀਆਂ ਨੂੰ ਅਸੀਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਛੇਤੀ ਹੀ ਡੇਰਾ ਪ੍ਰੇਮੀਆਂ ਨੂੰ ਉਹਨਾਂ ਨੂੰ ਜਿਨ੍ਹਾਂ ਨੇ ਇਹ ਤੋੜ ਭੰਨ ਅਗਨੀ ਦਾ ਅੰਜਾਮ ਦਿੱਤਾ ਹੈ ਅਤੇ ਉਹਨਾਂ ਨੂੰ ਅਸੀਂ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲੈ ਰਹੇ ਹਾਂ। ਲਹਿਰਾ ਗਾਗਾ ਤੋਂ ਅਨਿਲ ਜੈਨ ਦੀ ਰਿਪੋਰਟ, ਚੈਨਲ 2।